ਕੱਲ ਇੱਥੇ ਇੱਕ ਗੋਰਾ ਮਿਲ ਗਿਆ ਫੁੱਲ ਬੂਟੇ ਜੇ ਲਈ ਖੜਾ। ਕਹਿੰਦਾ ਅੱਜ ਮੈਂ ਆਪਦੇ ਫਾਦਰ ਨੂੰ 3 ਸਾਲ ਬਾਅਦ ਦੇਖਣ ਚੱਲਿਆ ਫਾਦਰਸ ਡੇ 'ਤੇ। ਕਹਿੰਦਾ ਐਵਰੀ ਡੇ ਆਈ ਮਿਸ ਮਾਈ ਡੈਡ। ਮੈਨੂੰ ਕਹਿੰਦਾ ਹੇ ਜੈਂਟਲਮੈਨ ਤੈਨੂੰ ਕਿੰਨਾ ਟਾਈਮ ਹੋ ਗਿਆ ਆਪਦੇ ਫਾਦਰ ਨੂੰ ਦੇਖੇ ਨੂੰ ਅੰਗਰੇਜ਼ੀ ਜੀ 'ਚ। ਮਹਾਂ ਗੋਰੇ ਤੈਨੂੰ ਕੀ ਦੱਸੀਏ ਬਾਈ, ਸਾਨੂੰ ਤਾਂ 30 ਸਾਲ ਹੋ ਗਏ ਲਗਾਤਾਰ ਰੈਗੂਲਰ ਗਾਲਾਂ ਖਾਂਦਿਆਂ ਨੂੰ ਮਿਸ ਕਰਨ ਦਾ, ਤਾਂ ਫਾਦਰ ਨੇ ਕਦੇ ਟਾਈਮ ਹੀ ਨਹੀਂ ਦਿੱਤਾ ਹਿੱਲਣ ਦਾ, ਦਿੰਦਾ ਨਹੀਂ ਘਰੋਂ ਕਿਤੇ। ਫਿਰ ਕਹਿੰਦਾ ਫਿਰ ਤੂੰ 30 ਈਅਰਸ ਐਵਰੀ ਈਅਰ ਕਹਿੰਦਾ ਤੂੰ ਤਾਂ ਉਹ ਦਿੰਦਾ ਹੋਏਗਾ ਫਾਦਰਸ ਡੇ 'ਤੇ ਬੁੱਕੇ। ਮੈਂ ਕਿਹਾ ਬੁੱਕੇ ਬੱਕੇ ਦਾ ਤਾਂ ਕਦੇ ਟਾਈਮ ਨਹੀਂ ਦਿੱਤਾ, ਚੌਧਰੀ ਮੁੱਕੇ ਰੋਜ਼ ਦੇ ਦਿੰਦਾ ਹੱਥ ਨੇ, ਛੱਟ ਹੀ ਲੈਂਦਾ, ਅੱਜ ਕਿੱਥੋਂ ਆਇਆ ਕੌਲੇ ਕੱਚ ਕੇ। ਫਿਰ ਕਹਿੰਦਾ ਐਕਚੁਲੀ ਮੇਰੇ ਫਾਦਰ ਨੇ ਇੱਥੇ ਨਵੀਂ ਮੰਮੀ ਰੱਖ ਲਈ, ਫਿਰ ਮੈਂ ਹਰੇਕ ਫਾਦਰਸ ਡੇ 'ਤੇ ਜਾ ਕੇ ਉਹਨੂੰ ਯਾਦ ਕਰਾਉਣਾ ਵੀ ਮੈਂ ਵੀ ਤੇਰਾ ਮੁੰਡਾ। ਮੈਂ ਕਿਹਾ ਸਾਡੇ ਗੋਰੇ ਫਾਦਰ ਦੀ ਪਹਿਲੀ ਗੱਲ ਤਾਂ ਜ਼ਰੂਰਤ ਨਹੀਂ ਹੈਗੀ, ਸਾਡੀ ਮੰਮੀ ਦੇ ਹੁੰਦੇ ਮੈਂ ਇਸ ਵੀ ਹੋਰ ਰੱਖ ਲਏ ਬਿਨਾਂ ਪੁੱਛੇ ਮੰਮੀ ਤੋਂ। ਅਤੇ ਦੂਜੀ ਗੱਲ ਮੈਂ ਕਿਹਾ ਸਾਨੂੰ ਨਹੀਂ ਯਾਦ ਕਰਾਉਣਾ ਪੈਂਦਾ, ਸਾਡੇ ਵਾਲਾ ਚੌਧਰੀ ਦਾ ਤੜਕੀ ਰੋਜ਼ ਜੁੱਤੀ ਫੇਰ ਕੇ ਆਪ ਯਾਦ ਕਰਾਉਂਦਾ ਵੀ ਮੈਂ ਤੇਰਾ ਪਾਪਾ ਪਾਪਾ ਪਿਓ ਕਿਹਾ ਕਰ, ਮੂਹਰੇ ਨਾ ਬੋਲਿਆ ਕਰ। ਸੋ ਜਾਣ ਲੱਗਿਆ ਮੈਨੂੰ ਕਹਿੰਦਾ ਐਨੀ ਵੇ, ਕਹਿੰਦਾ ਹੈਪੀ ਫਾਦਰਸ ਡੇ। ਮੈਂ ਕਿਹਾ ਤੈਨੂੰ ਬਾਈ, ਸਾਡੇ ਵਾਲੇ ਫਾਦਰ ਤਾਂ ਉੱਦਣ ਹੀ ਹੈਪੀ ਹੋਣਗੇ ਜਦੋਂ ਪੈਸੇ ਪੂਸੇ ਭੇਜੇ। ਇਹਨਾਂ ਦੇ ਰਿਵਾਜ਼ ਜੇ ਉਲਟੀ ਨੇ, ਸਾਲ ਛਮਾਹੀ ਦਿੰਦੇ ਨੇ, ਅਸੀਂ ਜੇ ਅੱਧਾ ਘੰਟਾ ਨਾ ਚੌਧਰੀ ਵਰਗਿਆਂ ਨੂੰ ਦਿਖੀਏ ਲੇਟ ਹੋ ਜਾਈਏ, ਸਾਰਾ ਟੱਬਰ ਚੁੱਲ੍ਹਿਆਂ ਦੇ ਬੈਠਾ ਹੁੰਦਾ ਵੀ ਅੱਜ ਹੋਊ ਇਹਦੇ ਜੁੱਤ ਪਣਾ। ਹੈਪੀ ਫਾਦਰਸ ਡੇ ਗੋਰੇ ਉਹ ਸਾਰਿਆਂ ਨੂੰ, ਸਾਡੇ ਵਾਲਿਆਂ ਨੂੰ ਤਾਂ, ਸਾਡੇ ਫਾਦਰ ਤਾਂ ਹੈਪੀ ਵੀ ਨਹੀਂ।